ਪੁੱਤ ਕਹਿੰਦੇ ਕਹਿੰਦੇ ਸਾਰਿਆਂ ਨੂੰ ਮਾਰ ਦਿੰਦਾ ਮੇਰਾ ਪੁੱਤ ਦੱਸਦਾ ਹੀ ਨਹੀਂ ਮੇਰਾ ਮੇਰਾ ਬੱਚਾ ਤਰਲੇ ਹੀ ਲੈਂਦਾ ਰਿਹਾ ਮੰਮੀ ਮੈਨੂੰ ਬਚਾ ਲਾ ਇੰਨਾ ਕੋਲੋ ਮੇਰੇ ਪੁੱਤ ਨੂੰ ਇਹਨਾਂ ਨੇ ਮਾਰਿਆ ਵਾ ਸਾਡੀ ਮੰਮੀ ਨੂੰ ਮੇਰੇ ਪੁੱਤ ਮੈਂ ਬਚਾ ਲਓ ਮੇਰੇ ਪੁੱਤ ਨੂੰ ਮੇਰਾ ਪੁੱਤ ਮੇਰਾ ਇਹਨਾਂ ਨੇ ਮਾਰ ਕੇ ਸੁੱਟ ਗਏ ਆਪਣੇ ਵੱਲੋਂ ਬੈਟਾ ਨਾ ਪਾ ਰਿਹਾ ਵਾ ਹਾਏ ਗੋਲੀ ਵੱਜੀ ਆ ਮਾਰ ਕੇ ਪੱਟ ਚੁੱਕਿਆ ਮਾਂ ਤੇ ਉਹਦੀ ਛੁਡਾਈ ਜਾਂਦੀ ਪਈ ਆਇਓ ਸਾਡੇ ਕੋਈ ਨਹੀਂ ਸਾਨੂੰ ਕੀ ਕਰਦੇ ਉਹ ਦਿਲਾ ਕਹਿੰਦਾ ਸੀ ਉਹ ਕਹਿੰਦਾ ਸੀ ਮੇਰੀ ਸਰਕਾਰ ਵਾ ਮੈਂ ਮਾਰਨਾ ਵਾ ਅਸੀਂ ਹੱਥ ਜੋੜਦੇ ਰਹੇ ਅਸੀਂ ਬੜੇ ਦਿਨ ਹੱਥ ਜੋੜਦੇ ਰਹੇ ਅਸੀਂ ਕਿਹਾ ਸਾਡੇ ਤੇ ਨਾ ਜੀ ਨਾਵਾ ਕਰ ਲੋ ਮੈਨੂੰ ਨਹੀਂ ਭਾਜੀ ਪਤਾ ਮੈਂ ਕੋਠੇ ਤੇ ਸੀ ਮੈਂ ਕੋਠੇ ਥੱਲੇ ਜਦੋਂ ਆਈ ਸੀ ਤੋ ਦੇ ਸੀ ਮਾਰਨ ਮੇਰੀ ਗੁੜੀਆ ਨਹੀਂ ਠੀਕ ਮੈਂ ਭੱਜੀ ਭੱਜੀ ਆਈ ਸੀ ਤੋ ਮਾਰ ਕਟਾਈ ਕਰਨ ਦੇ ਬਹੁਤ ਜ਼ਿਆਦਾ ਮੈਂ ਉਸੇ ਵੇਲੇ ਫਿਰ ਉਹਨਾਂ ਦੇ ਵਿੱਚ ਪਈ ਪਰ ਉਹ ਮਾਰੀ ਜਾਂਦੇ ਸੀ ਗੋਲੀ ਵੀ ਮਾਰੀ ਹੈ ਜੀ ਉਹਨਾਂ ਨੂੰ ਹਾਂਜੀ ਜੀ ਗੋਲੀ ਵੀ ਵੱਜੀ ਉਹਨੂੰ ਤੇ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਕੋਈ ਹਾਲਾਤ ਬਹੁਤ ਜ਼ਿਆਦਾ ਮਾੜੇ ਸੀ ਮੈਂ ਤੇ ਬਸ ਵੇਖਦੀ ਰਹਿ ਗਈ ਮੈਂ ਤੇ ਆਵਾਜ਼ਾਂ ਹੀ ਦਿੰਦੀ ਰਹੀ ਚੀਕਾਂ ਮਾਰਦੀ ਰਹੀ ਉੱਥੇ ਆਣ ਗਵਾਂਢ ਚ ਬੰਦੇ ਕੌਣ ਸੀ ਜਿਹੜੇ ਉਹ ਮੈਨੂੰ ਨਹੀਂ ਪਤਾ ਪਛਾਤੀ ਸੀ ਗਵਾਂਢੀਆਂ ਨਾਲ ਜ਼ਰੂਰ ਇਹਨਾਂ ਦੀ ਹੋਈ ਆ ਗਵਾਂਢੀਆਂ ਨਾਲ ਜ਼ਰੂਰ ਹੋਈ ਇਹਨਾਂ ਦੀ ਮੁੰਡੇ ਨਹੀਂ ਮੈਂ ਵੇਖੇ ਕੌਣ ਸੀ ਆਮ ਪਾਰਟੀ ਦੇ ਦਫ਼ਤਰ ਵਾਲਿਆਂ ਨੇ ਦਫ਼ਤਰ ਬਣਾਇਆ ਉਹ ਐਮਐਲਏ ਖਲੋਤਾ ਸੀ ਹਾਂ ਕੌਣ ਜੀ ਕੀ ਨਾਮ ਜੀ ਇਹਨਾਂ ਦੀ ਗਵਾਂਢੀਆਂ ਨਾਲ ਹੋਈ ਹੈ ਜੀ ਲੜਾਈ ਇੰਦਰਜੀਤ ਮੇਰੇ ਹਸਬੰਡ ਆ ਮੇਰੇ ਹਸਬੰਡ ਬੱਚੇ ਉਹਦੇ ਛੋਟੇ ਛੋਟੇ ਮਾਰ ਮੇਰੇ ਭਰਾ ਦੇ ਗੋਲੀਆਂ ਮਾਰ ਕੇ ਨਲਾਜ ਮੈਂ ਨਾਲ ਹੀ ਦਫ਼ਤਰ ਬਣਿਆ ਵਾ ਮੰਮੀ ਦੇ ਵੀ ਉਹਨਾਂ ਨੇ ਚਪੇੜ ਮਾਰੀ ਸਲੰਗਰ ਮਾਰੇ ਡੈਡੀ ਦੇ ਨੀਲ ਪਏ ਹੋਏ ਆ ਤੁਸੀਂ ਦੇਖ ਸਕਦੇ ਹੈਗੇ ਉਹ 4-5 ਜਣੇ 10 ਜਣੇ ਹੈਗੇ ਸੀਗੇ ਨਾਲ ਕੁੱਦਾ ਹੀ ਕੁੱਦਾ ਦਰਵਾਜ਼ੇ ਨੂੰ ਲੋਕ ਲਾ ਕੇ ਭੱਜ ਗਿਆ ਉਹਦੇ ਘਰ ਕੈਮਰੇ ਲੱਗੇ ਪਏ ਕੈਮਰੇ 'ਚ ਸਾਰੀ ਰਿਕਾਰਡਿੰਗ ਹੋਈ ਹੋਈ ਆ ਉਹਨੇ ਹਾਏ ਸਾਡੀ ਕੁੜੀ ਦਾ ਪਹਿਲਾਂ ਲੜਾਈ ਹੋਈ ਉਹਦੀ ਵੀ ਵੀਡੀਓ ਦੇ ਚਪੇੜ ਮਾਰੀ ਉਹਨੇ ਮੌਕੇ ਤੇ ਪੁਲਿਸ ਆਈ ਆ ਜੀ ਪੁਲਿਸ ਆਈ ਆ ਹਾਏ ਹਲੇ ਕੁਝ ਨਹੀਂ ਕੀਤਾ ਹੋਇਆ ਉਹਨਾਂ ਨੇ ਸਾਡਾ ਧਮਕੀਆਂ ਲਾਉਂਦੇ ਆ ਪਾਰਟੀ ਸਾਨੂੰ ਬਾਹਰ ਦੇ ਗਾਂ 'ਚ ਵੀ ਖਤਰਾ ਵਾ ਉਹ ਧਮਕੀਆਂ ਲਾਉਂਦਾ ਛੜੇ ਆ ਮੈਂ ਤੇਰਾ ਸਾਰਾ ਟੱਬਰ ਮਾਰ ਦੇਣਾ ਮੈਂ ਕੀ ਕਰਾਂਗੀ ਮੈਂ ਕਿੱਥੇ ਜਾਵਾਂਗੀ ਸਰਕਾਰ ਇਹਨਾਂ ਦੀ ਆ ਐਮਐਲਏ ਦੇ ਸ਼ਹਿਰ ਤੇ ਕੰਮ ਹੁੰਦੇ ਆ ਰਾਵਾ ਓਏ ਕਦੀ ਆਪਾਂ ਕਿਸੇ ਕੋਲ ਜਾਣੇ ਸਾਰਾ ਫੈਸਲਾ ਕਰਾ ਦੋ ਸਾਰਿਆਂ ਨਾਲ ਮਿਲ ਦੇ ਸਾਹਮਣੇ ਆ ਤੇ ਇਹਨਾਂ ਦੀ ਇੱਕ ਦਿਨ ਨਾ ਗੱਡੀ ਤੋਂ ਨਾ ਗਾਹਕ ਨੇ ਗੱਡੀ ਲਾਈ ਤੇ ਇਹਨਾਂ ਦਾ ਮਤਲਬ ਉਹ ਸਾਡੇ ਦਵਾ ਕੀ ਇਦਾਂ ਲੜਾਈ ਵਾਸ਼ਿੰਗ ਦਾ ਸਾਡਾ ਕੰਮ ਆ ਉਦਨ ਵੀ ਇਹਨੇ ਸਾਨੂੰ ਕੁੱਟਿਆ ਵਾ ਉਹਨੇ ਇਹਨੇ ਕੀ ਇਹਦਾ ਨਾਮ ਨਹੀਂ ਉਹਨਾਂ ਤੈਨੂੰ ਗੋਲੀਆਂ ਮਾਰ ਦੇਣੀਆਂ ਵਾ ਤੇ ਸਾਨੂੰ ਨਾ ਪਹਿਲਾਂ ਵੀ ਮੈਨੂੰ ਮਹੀਨਾ ਪਹਿਲਾਂ ਧਮਕੀਆਂ ਲਾਤੀਆਂ ਸੀ ਵੀ ਮੈਂ ਤੇਰੇ ਪੁੱਤ ਦੇ ਡੇਲੇ ਕੱਢਨੇ ਹੀ ਹੋ ਮੈਂ ਤੇਰੇ ਪੁੱਤ ਨੂੰ ਗੋਲੀਆਂ ਮਾਰਨੀਆਂ ਹੀ ਮਾਰਨੀਆਂ ਵਿੱਚ ਤੁਹਾਡੇ ਸਾਰੇ ਟੱਬਰ ਨੂੰ ਗੋਲੀਆਂ ਮਾਰਨ ਦੱਸੋ ਜੀ ਝਗੜੇ ਦਾ ਕਾਰਨ ਸੀ ਗਾਹਕ ਆਇਆ ਗਾਹਕ ਨੇ ਗੱਡੀ ਵੀ ਸਾਡੇ ਬੂਵੇ ਗਾੜੀ ਲਾਈ ਕਿ ਉਹ ਅਸੀਂ ਜਗ੍ਹਾ ਖਰੀਦੀ ਹੈ ਤੇ ਉੱਥੇ ਗੱਡੀ ਲੱਗੀ ਸੀ ਉਹ ਕਹਿੰਦਾ ਇੱਥੇ ਗੱਡੀ ਕਿਉਂ ਲਾਈ ਆ ਤੁਸੀਂ ਮਕਾਨ ਹੈ ਕੀ ਹੈ ਉਹਦਾ ਮਕਾਨ ਨਹੀਂ ਹੈਗਾ ਉਹ ਸਾਡੀ ਜਗ੍ਹਾ ਵਿੱਚ ਕੋਈ ਉਹਨੇ ਦਫ਼ਤਰ ਬਣਾਇਆ ਵਾ ਆਮ ਪਾਰਟੀ ਦਾ ਦਫ਼ਤਰ ਬਣਾਇਆ ਉਹਨੇ ਆਪਣੇ ਘਰ ਦੇ ਵਿੱਚ ਆਮ ਪਾਰਟੀ ਦਾ ਦਫ਼ਤਰ ਬਣਾਇਆ ਵਾ ਉਹਨੇ ਮੈਨੂੰ ਸ਼ਰੇਆਮ ਧਮਕੀਆਂ ਲਾਈਆਂ ਸੀ ਵੀ ਮੇਰੇ ਅੰਦਰ ਹੁਣ ਵੀ ਗੋਲੀਆਂ ਮਾਰਦੀਆਂ ਮੈਂ ਤੇਰੇ ਮੁੰਡੇ ਨੂੰ ਇੱਕ ਤੇਰਾ ਮੁੰਡਾ ਅੱਗੇ ਵੱਜੀ ਆ ਮੈਂ ਦੂਜਾ ਤੇਰਾ ਮੁੰਡਾ ਵੱਜੀ ਕਰ ਅੱਜ ਰਾਜੀਨਾਮਾ ਹੋਣਾ ਸੀ ਤੇ ਰਾਜੀਨਾਮਾ ਆਪਾਂ ਕਿਹਾ ਵੀ ਚੱਲ ਕੱਲ ਕਰ ਲਾਂਗੇ ਨਿਬੜ ਜਾਵਾਂਗੇ ਬੜੇ ਦਿਨਾਂ ਦਾ ਅਸੀਂ ਰਾਜੀਨਾਮੇ ਲਈ ਤਿਆਰ ਹੋਏ ਸਾਂ ਪਰ ਸਾਨੂੰ ਨਹੀਂ ਸੀ ਪਤਾ ਵੀ ਇਹਨਾਂ ਨੇ ਜਿਹੜੀਆਂ ਧਮਕੀਆਂ ਲਾਈਆਂ ਉਹ ਸੱਚ ਕਰਨੀਆਂ ਹਲੇ ਬੈਠੇ ਹਲੇ ਬੈਠੇ ਅੱਜ ਉਹ ਚਰੇ ਉਹ ਲੈ ਗਏ ਨੇ ਖਿੱਚ ਕੇ ਸ਼ਰੇਆਮ ਕਹਿੰਦੇ ਆ ਆਮ ਪਾਰਟੀ ਦੀ
ਮੇਰਾ ਨਾਮ ਮੰਜੂ ਆ, ਮੈਂ ਉਹਦੀ ਵੱਡੀ ਮਾਸੀ ਛੋਟੀ। ਉਹਨੇ ਇਹ ਲੜਾਈ ਬੜੇ ਦਿਨਾਂ ਦੀ ਚੱਲਦੀ ਪਈ ਸੀ, ਗੱਡੀ ਇਹਦੇ ਬੂਹੇ ਅੱਗੇ ਲੱਗੀ, ਗੱਡੀ ਤੋਂ ਇਹਨੇ ਲੜ ਪਿਆ ਸਾਡੇ ਨਾਲ। ਇਹ ਬੜੇ ਦਿਨਾਂ ਦੀ ਇਹਨੇ ਸਲਾਹ ਬਣਾਈ ਸੀ ਮੁੰਡੇ ਨੂੰ ਮਾਰਨ ਦੀ, ਅਸੀਂ ਹੱਥ ਜੋੜੇ। ਇਹਨੇ ਉਹਦੀ ਮਾਂ ਨੂੰ ਵਾਲਾਂ ਤੋਂ ਧੂ ਕੇ ਗਲੀ 'ਚ ਉੱਥੇ ਸੜਕ 'ਤੇ ਸੁੱਟਿਆ, ਉਹ ਵੀਡੀਓ ਸਾਡੇ ਕੋਲ ਵਾ। ਅਸੀਂ ਸਾਰਿਆਂ ਕੋਲ ਗਏ, ਅਸੀਂ ਥਾਣੇ ਵਾਲਿਆਂ ਨੂੰ ਦਿਖਾਈ ਵੀਡੀਓ ਕਿ ਆਹ ਵੇਖੋ ਇਹ ਮਾਰਦੇ ਪਿਆ ਸਾਡੀ ਮਾਂ ਨੂੰ। ਨਾ ਕੋਈ ਥਾਣੇ ਵਾਲੇ ਸਾਡੀ ਸੁਣਵਾਈ ਕਰਦੇ ਸੀ, ਉਹ ਰੋਜ਼ ਕਹਿੰਦੇ ਸੀ ਸ਼ਾਮੀ ਫੈਸਲਾ ਕਰਦੇ ਹਾਂ, ਸਵੇਰੇ ਫੈਸਲਾ ਕਰਦੇ ਹਾਂ। ਅੱਜ 15 ਦਿਨ ਹੋ ਗਏ ਸਾਡਾ ਕੋਈ ਫੈਸਲਾ ਨਹੀਂ ਕਰਦੇ। ਉਹ ਵੀ ਕਹਿੰਦਾ ਸੀ ਵੀ ਮੈਂ ਤੁਹਾਡਾ ਫੈਸਲਾ ਕਰ ਦਾਂਗਾ। ਜਸਬੀਰ, ਚਾਰ ਪੰਜ ਬੰਦੇ ਆਏ ਆ, ਨਾਲ ਜਸਬੀਰ ਸੀ, ਨਾਲ ਉਹਦਾ ਕੁੱਦਾ ਸੀ। ਕੁੱਦਾ ਅੱਗੇ ਨਹੀਂ ਹੋਇਆ, ਕੁੱਦੇ ਨੇ ਲਾਗੇ ਖਲੋ ਕੇ ਇਹਨਾਂ ਨੇ ਗੋਲੀ ਮਰਵਾਈ ਆ। ਪਹਿਲਾਂ ਮਾਂ ਨੂੰ ਮਾਰੀ ਆ, ਸਲੱਗਰ ਮਾਰਿਆ, ਪਿਓ ਨੂੰ ਵੀ ਸਲੱਗਰ ਮਾਰਿਆ। ਉਹਨਾਂ ਨੇ ਕਿਹਾ ਉਹ ਆਪਣੇ ਪੋਤਰੇ ਥੱਲੇ ਵਾਲ ਹੀ ਛਡਾਉਂਦੇ ਰਹਿ ਗਏ, ਵਾਲ ਉਹਨਾਂ ਨੇ ਸਮਝਿਆ ਕਿਤੇ ਵਾਲ ਮਾਂ ਫੜੇ ਇਹਨਾਂ ਨੇ। ਉਹਨੂੰ ਨਹੀਂ ਪਤਾ ਥੱਲੇ ਉਹਨਾਂ ਨੇ ਗੋਲੀ ਵੀ ਮਾਰਤੀ ਆ। ਉਹ ਜਦੋਂ ਉਹਨੇ ਕਿਹਾ ਮੰਮੀ ਮੈਨੂੰ ਗੋਲੀ ਵੱਜ ਗਈ, ਉਹ ਫਿਰ ਭੱਜ ਗਏ ਗੋਲੀ ਮਾਰ ਕੇ। ਫਿਰ ਉਹਨਾਂ ਨੇ ਆਪਣੇ ਬੂਹੇ ਦੇ ਅੱਗੇ ਕੈਮਰੇ ਜਿਹੜੇ ਲੱਗੇ ਸੀ ਉਹ ਵੀ ਲਾ ਕੇ ਲਾ ਗਏ, ਉਹਨਾਂ ਨੇ ਬੂਹੇ ਜਿਦਰੇ ਮਾਰ ਕੇ ਭੱਜ ਗਏ ਆ। ਇਹ ਜੀ ਉਹ ਕਹਿੰਦੇ ਸੀ ਅਸੀਂ ਆਪ ਸਾਡੀ ਸਰਕਾਰ ਆ, ਸਾਡੀ ਪਾਰਟੀ ਆ, ਅਸੀਂ ਇਹਨਾਂ ਨੂੰ ਮਰਵਾਉਣਾ ਹੀ ਮਰਵਾਉਣਾ ਵਾ। ਹੁਣ ਉਹ ਕਹਿੰਦੇ ਅਸੀਂ ਇਹਨਾਂ ਦੇ ਘੋ ਸਾਰੇ ਮਾਰਨੇ ਆ, ਉਹ ਸ਼ਰੇਆਮ ਕਹਿੰਦੇ ਆ ਸਾਰੀ ਦੁਨੀਆ ਦੇ ਸਾਹਮਣੇ, ਉਹ ਕਹਿੰਦੇ ਅਸੀਂ ਇਹਨਾਂ ਨੂੰ ਮਾਰਨਾ, ਉਹ ਕਹਿੰਦੇ ਮਾਰ ਦੇਣਾ ਵਾ, ਅਸੀਂ ਨਹੀਂ ਇਹਨਾਂ ਨੂੰ ਛੱਡਣਾ। ਭਾਅ ਜੀ ਦੇਖੋ ਸਾਨੂੰ ਫੈਸ ਕੋਈ ਨਿਆਂ ਦਵਾਓ, ਕੋਈ ਨਵਾਂ ਨਿਆਂ ਦਵਾਓ, ਸਾਡੇ ਬੱਚਾ ਪਿਆ ਅੰਦਰ, ਇੱਕ ਤਾਂ ਅੱਗੇ ਹੀ ਵੱਜੀ ਆ, ਇਹਦੇ ਸਾਰੇ ਤਾਂ ਅਸੀਂ ਜਿੰਦੇ ਸਾਂ, ਸਾਡਾ ਉਹ ਵੀ ਪਾ ਦਿੱਤਾ ਇਹਨਾਂ ਨੇ ਮੰਜੇ 'ਤੇ। ਦੱਸੋ ਅਸੀਂ ਕਿੱਧਰ ਨੂੰ ਜਾਈਏ, ਨਾ ਸੁਣਕੇ ਨਿੱਕੇ ਉਹਦੇ ਬੱਚੇ ਆ। ਮੇਰਾ ਨਾਮ ਮੋਨਿਕਾ ਹੈ, ਮੈਂ ਸਾਜਨ ਦੀ ਵੱਡੀ ਭੈਣ ਹਾਂ। ਅਤੇ ਇਹਨਾਂ ਦੀ ਥੋੜ੍ਹਾ ਦਿਨ ਪਹਿਲਾਂ ਹਫ਼ਤਾ ਹੋ ਗਿਆ ਵਾ, ਇਹਨਾਂ ਦੀ ਲੜਾਈ ਹੋਈ ਸੀ। ਸਾਡਾ ਵਾਸ਼ਿੰਗ ਸੈਂਟਰ ਦਾ ਕੰਮ ਹੈ, ਗੱਡੀ ਵਾਲੇ ਨੇ ਆ ਕੇ ਗੱਡੀ ਸਾਡੇ ਬੂਹੇ ਦੇ ਅੱਗੇ ਲਾਈ ਆ, ਸਿਰਫ ਇੰਨੀ ਕੁ ਹੈੱਡਲਾਈਟ ਅੱਗੇ ਸੀਗੀ ਬਸ। ਹੁਣ ਇਹਨਾਂ ਨੂੰ ਬੋਲਣ ਦਿਓ ਨਾ, ਗੱਡੀ ਵਾਲੇ ਨੇ ਜਿਹੜੇ ਧਵਾਨ ਆਉਂਦੇ ਆ ਉਹਨਾਂ ਨੇ ਗੱਡੀ ਆ ਕੇ ਲਾਈ, ਉਹਨਾਂ ਨੂੰ ਨਹੀਂ ਪਤਾ ਮਾੜਾ ਜਿਹਾ ਦਫ਼ਤਰ ਸਾਡੀ ਕੰਧ ਦੇ ਨਾਲ ਹੀ ਆਮ ਪਾਰਟੀ ਦੇ ਬੰਦਿਆਂ ਦਾ ਵਾ। ਉਹ ਗੱਡੀ ਥੋੜ੍ਹੀ ਜਿਹੀ ਉਹ ਕੋਲ ਅੱਗੇ ਲੱਗ ਗਈ ਜਿੱਥੋਂ ਲੜਾਈ ਉਸ ਟਾਈਮ ਵਧੀ, ਉਸ ਟਾਈਮ ਵਧੀ ਲੜਾਈ। ਇਹਨਾਂ ਨੇ ਕੀ ਨਾਮ ਦਾ ਇਹਨਾਂ ਦੀ ਲੜਾਈ ਹੋਈ, ਬਹਿਸ ਬਸਾਈ ਹੋਈ ਕੁੱਦੇ, ਉਹਨੇ ਜਿਹੜੇ ਬੰਦੇ ਦੇ ਘਰ 'ਚ ਦਫ਼ਤਰ ਬਣਿਆ ਆਮ ਪਾਰਟੀ ਦੇ ਬੰਦੇ ਦਾ, ਉਹਨਾਂ ਨੇ ਮਤਲਬ ਕਿ ਇਹਨਾਂ ਦੀ ਗਾਲੀ ਗਲੋਚ ਹੋਇਆ, ਮੰਮੀ ਨੇ ਵੀ ਉਹਦੇ ਥੱਪੜ ਮਾਰਤਾ, ਉਹਨੇ ਮੰਮੀ ਦੇ ਜ਼ੋਰ ਸੀ ਥੱਪੜ ਮਾਰਤਾ, ਇੱਥੋਂ ਹੱਥੋਂ ਪਾਈ ਹੋ ਗਈ ਇਹਨਾਂ ਦੀ। ਕਿਉਂਕਿ ਜੇ ਇਹਦੀ ਮੰਮੀ ਦੇ ਥੱਪੜ ਮਾਰੇ ਤਾਂ ਉਹ ਨੈਚੁਰਲੀ ਹੱਥਾਂ 'ਚ ਮਤਲਬ ਕਿ ਹੋਏਗਾ ਹੀ ਗੱਲਬਾਤ, ਇਹਨਾਂ ਦੀ ਲੜਾਈ ਝਗੜਾ ਹੱਥੋਂ ਪਾਈ ਹੋ ਗਏ। ਉਸ ਟਾਈਮ ਸੁਲਹ ਸਫਾਈ ਹੋ ਗਈ, ਠੀਕ ਹੈ। ਇਹ ਕਹਿੰਦੇ ਵੀ ਤੁਹਾਡੇ ਉਸ ਟਾਈਮ ਇਹਨਾਂ ਦੀ ਸ਼ਾਂਤੀ ਹੋ ਗਈ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਚਲੋ ਵੀ ਅਸੀਂ ਕਿਹਾ ਵੀ ਸੁਲਹ ਸਫਾਈ ਕਰਾ ਦਿਓ, ਇਹਨਾਂ ਦੀ ਸੁਲਹ ਸਫਾਈ ਕਰਾ ਦਿਓ, ਫੈਸਲਾ ਕਰਾ ਦਿਓ, ਰਾਜ਼ੀਨਾਮਾ ਕਰਵਾ ਦਿਓ। ਆਮ ਪਾਰਟੀ ਦੇ ਜਿਹੜੇ MLA ਜਿਹੜੇ ਵੀ ਵੱਡੇ ਅਫਸਰ ਹੈਗੇ ਸਾਰਿਆਂ ਕੋਲ ਗਏ, ਜਿਹੜੇ ਆਮ ਪਾਰਟੀ ਦੇ ਬੰਦੇ ਵੀ ਸਰ ਇਹਨਾਂ ਦੀ ਲਾਗੇ ਹੀ ਦਫ਼ਤਰ ਹੈਗਾ ਤੁਹਾਡਾ, ਜਸਬੀਰ ਹੁਣਾਂ ਕੋਲ ਵੀ ਗਏ ਇਹਨਾਂ ਦੇ ਨਾਲ ਦੇ ਦਫ਼ਤਰ 'ਚ ਕੀਤਾ ਵੀ ਚਲੋ ਭਾਈ ਹੁਣ ਜੋ ਵੀ ਹੋਇਆ ਸੁਲਹ ਸਫਾਈ ਕਰ ਲਵੋ। ਰਾਜੇ ਡਾਕਟਰ ਜਸਬੀਰ ਦਾ ਸਾਲਾ ਹੈ, ਕਹਿੰਦਾ ਮੈਂ ਸਾਲਾ ਵਾਂ, ਮੈਂ ਪਰਚਾ ਲਗਾ ਕਰ ਪਰਚੇ ਹੀ ਕਰਾਉਣੇ ਆ ਤੁਹਾਡੇ ਦੇ ਉੱਤੇ, ਸਾਰੇ ਟੱਬਰ ਦੇ ਉੱਤੇ ਪਰਚੇ ਕਰਾਉਣੇ ਆ ਜਿੱਥੋਂ ਲੜਾਈ ਵਧੀ। ਫਿਰ ਅਸੀਂ ਕਿਹਾ ਵੀ ਚਲੋ ਕੋਈ ਨਹੀਂ ਭਾਈ ਸੁਲਹ ਸਫਾਈ ਕਰੋ, ਅਸੀਂ ਰਾਜ਼ੀਨਾਮੇ ਵਾਸਤੇ ਸਾਰ ਜਗ੍ਹਾ ਗਏ ਇਹਨਾਂ ਦੇ ਆਮ ਪਾਰਟੀ ਦੇ ਬੰਦਿਆਂ ਕੋਲ, ਪਰ ਇਹਨਾਂ ਨੇ ਰਾਜ਼ੀਨਾਮਾ ਨਹੀਂ ਕੀਤਾ। ਕਹਿੰਦੇ ਕਰ ਲੈਂਦੇ, ਅੱਜ ਟਾਲੀ ਜਾਂਦੇ ਸੀ, ਕੱਲ੍ਹ ਟਾਲੀ ਜਾਂਦੇ ਸੀ, ਕਰ ਲੈਂਦੇ। ਉਸ ਤੋਂ ਬਾਅਦ ਆ ਹਫ਼ਤੇ ਬਾਅਦ ਉਹਨਾਂ ਨੇ ਉਹਨੂੰ ਮੁੰਡੇ ਨੂੰ ਹੁਣ ਘਰੋਂ ਖੜ ਕੇ ਉਹਨੂੰ ਧਮਕੀਆਂ ਕਿਤੇ ਲਾਉਂਦੇ ਰਹੇ ਆ। ਉਹਨੇ ਮੁੰਡੇ ਨੇ ਘਰ ਆਪਣੇ ਦੱਸਿਆ ਨਹੀਂ ਵੀ ਮੈਨੂੰ ਲਾਉਂਦੇ, ਘਰ ਦੇ ਵੀ ਪਰੇਸ਼ਾਨ ਹੋਣਗੇ। ਅਤੇ ਉਹਨੇ ਕੀ ਕੀਤਾ ਵਾ, ਉਹ ਘਰ ਹੀ ਬੈਠਾ ਸੀ ਇਸ ਟਾਈਮ ਵੀ, ਉਹ ਘਰ ਹੀ ਇਕੱਲਾ ਹੀ, ਅਤੇ ਮੰਮੀ ਪਾਪਾ ਸੀ ਮੇਰੇ ਕੋਲ, ਅਤੇ ਉਹ ਘਰ ਇਕੱਲਾ
ਪਹਿਲਾਂ ਹੀ, ਤੇ ਜੇ ਉਹਨੂੰ ਉੱਥੋਂ ਹੀ ਧੂ ਕੇ ਤੇ ਉੱਥੇ ਹੀ ਹੁਣ ਇਸ ਟਾਈਮ ਸਾਰੀ ਕਾਰਵਾਈ ਇਹਨਾਂ ਨੇ ਕੀਤੀ, ਪਲੈਨਿੰਗ ਬਣਾ ਕੇ ਆਮ ਪਾਰਟੀ ਦੇ ਬੰਦਿਆਂ ਨੇ। ਅਸੀਂ ਪੁਤਲੀ ਘਰ ਦੇ ਮੇ ਰਹਿਣ ਵਾਲੇ ਆ, ਗਵਾਲ ਮੰਡੀ ਦੇ। ਕਾਰਵਾਈ ਕੋਈ ਨਹੀਂ ਹੋਈ ਇਸ ਟਾਈਮ, ਆ ਪੁਲਿਸ ਤੇ ਗੋਲੀ ਚਲਾਈ ਉਹਨਾਂ ਨੇ। ਇਹਨੇ ਪਹਿਲੇ ਹਾਂਜੀ ਹਾਂਜੀ ਉਹਨਾਂ ਦੇ ਮੰਮੀ ਪਾਪਾ ਨੂੰ ਕੁੱਟਿਆ ਵਾ, ਤੇ ਉਹਨਾਂ ਨੂੰ ਮੁੰਡੇ ਜਿਹੜਾ ਸਾਜਨ ਮੁੰਡਾ ਵਾ ਉਹਨੂੰ ਬਾਹਰ ਕੱਢ ਕੇ ਚਲੇ ਕੁੱਟਿਆ ਵਾ, ਚੱਲੇ ਆ ਕੁੱਟ ਕੱਟ ਕੇ ਚੱਲੇ ਆ, ਉਹਨੇ ਫਿਰ ਗੋਲੀ ਮਾਰੀ ਆ। ਹਾਂਜੀ ਹਾਂਜੀ ਉੱਥੇ ਆਈ ਆ, ਸਾਡੇ ਤੇ ਨਹੀਂ ਲੱਗੀ, ਉਹਨਾਂ ਦੇ ਆਪਣੇ ਦਫ਼ਤਰ ਦੇ ਵਿੱਚ ਲੱਗੀਆਂ ਹੋਈਆਂ ਸੀ। ਉਹਨਾਂ ਨੇ ਪਹਿਲਾਂ ਹੀ ਕਿਹਾ ਦਾ ਸੀ। ਹੁਣ ਮੰਗ ਕੀ ਕਰਦੇ ਹੋ ਜੀ? ਅਸੀਂ ਮੰਗ ਇਨਸਾਫ ਦਾ ਕਰਦੇ ਆ, ਤੇ ਨਾਲੇ ਉੱਥੋਂ ਆਮ ਪਾਰਟੀ ਦੇ ਦਫ਼ਤਰ ਆ ਉਹਨਾਂ ਦਾ ਵੀ ਚੁਕਾਇਆ ਜਾਵੇ ਦਫ਼ਤਰ ਵੀ। ਮੇਰਾ ਛੋਟਾ ਭਰਾ ਏ, ਉਹਨੂੰ ਉਹਨਾਂ ਦੀ ਹਜੇ ਸਿਰਫ 20-22 ਸਾਲ ਹੀ ਇੰਨੀ ਕੀ ਉਮਰ ਹੈਗੀ ਆ, ਛੋਟੀ ਦੋ ਬੱਚੇ ਪੁਲਿਸ ਆਈ ਆ, ਪਰ ਇਨਸਾਫ ਨਹੀਂ ਹੋਇਆ ਸਾਡੇ ਨਾਲ, ਸਗੋਂ ਇਹਨਾਂ ਨੇ ਸਾਡੇ ਭਰਾ ਨੂੰ ਮਾਰ ਕੇ ਦੇ ਦਿੱਤਾ ਸਗੋਂ ਮੰਮੀ ਪੱਕੇ ਗਏ। ਮੇਰਾ ਨਾਮ ਦੀਪਕ ਮਲਹੋਤਰਾ ਜੀ ਜਨਾਬ, ਇਹ ਮੇਰਾ ਸਾਲਾ ਵਾ ਜੀ। ਇਹ 2-3 ਦਿਨ ਹੋ ਗਏ ਆ, ਪਹਿਲਾਂ ਵੀ ਇਹਨਾਂ ਨੂੰ ਰਾਜੀਨਾਮੇ ਵਾਸਤੇ ਕਿੰਨੇ ਦਿਨਾਂ ਦੇ ਕਹਿਣ ਨਹੀਂ, ਪਰ ਇਹ ਰਾਜੀਨਾਮੇ ਵਾਸਤੇ ਬੁਲਾਉਂਦੇ ਸਾਨੂੰ ਪਏ ਸੀ। ਸਾਨੂੰ ਤਾਂ ਇਹ ਡਰ ਸੀ ਕਿਤੇ ਉੱਥੇ ਜਾ ਕੇ ਵੀ ਸਾਡੇ ਗੋਲੀਆਂ ਨਾ ਮਾਰਦੇ ਨੇ। ਉਹੀ ਗੱਲ ਹੋਈ, ਇਹਨਾਂ ਨੇ ਘਰ ਦੇ ਬਾਹਰ ਆ ਕੇ 5-7 ਮੁੰਡੇ ਗੱਡੀ 'ਚ ਆਏ ਆ, 3 ਮੁੰਡੇ ਮੋਟਰਸਾਈਕਲ ਦੇ ਉੱਤੇ ਆਏ ਆ, ਜਿਨ੍ਹਾਂ ਨੇ ਆਉਂਦੇ ਇੱਥੇ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ। ਮੰਮੀ ਦੇ ਵੀ ਹੱਥੀ ਪਏ ਆ, ਡੈਡੀ ਦੇ ਵੀ ਹੱਥੀ ਪਏ ਆ। ਗੋਲੀ ਮਾਰੀ ਕਿੰਨੇ ਆ ਦੱਸੋ? ਗੋਲੀ ਸਰ ਉਹਨਾਂ ਦੇ ਨਾਲ ਡਾਕਟਰ ਜਸਵੀਰ ਦਾ ਜਿਹੜਾ ਸਾਲਾ ਨਾ, ਉਹ ਮੁੰਡੇ ਲੈ ਕੇ ਆਇਆ, ਉਹਨਾਂ 'ਚੋਂ ਮੁੰਡਿਆਂ ਨੇ ਗੋਲੀਆਂ ਮਾਰੀਆਂ ਵਾ। ਸਰ ਅਸੀਂ ਆਪ ਮੌਕੇ 'ਤੇ ਨਹੀਂ, ਜਿਹਨੇ ਵੱਜੀਆਂ ਉਹਨੇ ਸਾਨੂੰ ਸਾਰੀ ਗੱਲ ਦੱਸੀ, ਉਹਨੇ ਸਾਨੂੰ ਦੱਸਿਆ ਵੀ ਇਹਨਾਂ ਨੇ ਗੋਲੀਆਂ ਮਾਰੀਆਂ। ਰਾਜਨੀਤਿਕ ਪਾਰਟੀ ਆਮ ਆਦਮੀ ਪਾਰਟੀ ਦੇ MLA ਦੀ ਸ਼ਹਿ ਦੇ ਨਾਲ ਹੋਇਆ, ਡਾਕਟਰ ਜਸਵੀਰ ਦੀ ਸ਼ਹਿ ਨਾ। ਪੁਨੀਤ ਹੈਗਾ, ਉਹਨੇ ਨਾਲ ਦੇ ਬੰਨੇ ਸਾਡੇ ਘਰ ਦੇ ਨਾਲ ਦਫ਼ਤਰ ਬਣਾਇਆ ਜੀ ਆਮ ਆਦਮੀ ਪਾਰਟੀ ਦਾ। ਉਸੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਸਾਨੂੰ ਇਹ ਚੁਲਵੇੜਦਾ ਫਿਰਦਾ ਵਾ, ਕਹਿੰਦਾ ਜੀ ਸਾਡੀ ਸਰਕਾਰ ਵਾ, ਅਸੀਂ ਤੁਹਾਨੂੰ ਵੇਖ ਲਾਂਗੇ, ਤੁਸੀਂ ਕੀ ਕਰ ਸਕਦੇ ਜੀ ਸਾਡਾ। ਪੁਨੀਤ ਕੌਣ ਹੈਗਾ? ਪੁਨੀਤ ਸਰ ਇਲੈਕਸ਼ਨ ਲੜਨ ਨੂੰ ਫਿਰਦਾ ਇੱਥੋਂ ਆਮ ਆਦਮੀ ਪਾਰਟੀ ਵੱਲੋਂ। ਸਰ ਸਾਡੀ ਮੰਗ ਹੈਗੀ ਆ, ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਜਾਵੇ, ਕਾਰਵਾਈ ਕੀਤੀ ਜਾਵੇ, ਪਰਚਾ ਦੇਣ, ਤੇ ਜੋ ਬਣਦੀ ਕਾਰਵਾਈ ਉਹਨਾਂ ਦੇ ਕੀਤੀ ਜਾਵੇ, ਸਾਨੂੰ ਇਨਸਾਫ ਦਿੱਤਾ ਜਾਵੇ। ਇਹ ਤੇ ਪੁਲਿਸ ਨਹੀਂ ਗਈ ਮੌਕੇ ਤੋਂ, ਹੁਣ ਜਾ ਕੇ ਪੁਲਿਸ ਨੇ ਵੇਖਿਆ, ਸਾਰੀ ਵੈਰੀਫਿਕੇਸ਼ਨ ਕੀਤੀ ਆ ਕੈਮਰਿਆਂ ਦੇ ਵਿੱਚ, ਇਹਨਾਂ ਦੇ ਰਿਕਾਰਡਿੰਗ ਉੱਥੇ DVR ਇਹਨਾਂ ਦੇ ਅੰਦਰ ਕਮਰੇ 'ਚ ਪਿਆ ਵਾ। ਸਾਨੂੰ ਤਾਂ ਇਹ ਡਰ ਆ ਵੀ ਉਹ DVR ਨਾ ਅੰਦਰੋਂ ਗੈਪ ਕਰ ਦੇਣ, ਉਹਦੇ ਵਿੱਚ ਸਾਰੀ ਵੀਡੀਓ ਆਈ ਹੋਣੀ ਇਹਨਾਂ ਦੀ। ਜਿਹੜਾ ਅਸੀਂ ਉਹਦਾ ਸਟੇਟਮੈਂਟ ਲੈ ਕੇ ਉਸ ਤੋਂ ਬਾਅਦ ਹੀ ਤੁਹਾਨੂੰ ਕੋਈ ਡਿਸਕਲੋਜ਼ ਕਰਾਂਗੇ ਜੀ ਸਰ। ਹਾਂਜੀ, ਸਾਜਨ ਹੈ ਇਹਦੀ ਕੋਈ ਲੜਾਈ ਹੋਈ ਹੈ, ਇਹਨਾਂ ਦੀ ਕੋਈ ਗੱਡੀ ਗੁੱਡੀ ਲਾਉਣ ਤੋਂ ਕੋਈ ਲੜਾਈ ਹੋਈ ਹੈ? ਇਹ ਇੰਦਰਜੀਤ ਦੱਸ ਰਿਹਾ, ਕੋਈ ਇੰਦਰਜੀਤ ਨਾਂ ਦਾ ਬੰਦਾ ਜਿਹਦੇ ਨਾਲ ਇਹਦੀ ਲੜਾਈ ਹੋਈ ਹੈ ਜੀ, ਅਤੇ ਉਸੇ ਦੇ ਸੰਬੰਧ ਦੇ ਵਿੱਚ ਜਿਹੜਾ ਹੁਣ ਉਹਦੀ ਸਟੇਟਮੈਂਟ ਲੈ ਕੇ ਅਸੀਂ ਜੋ ਵੀ ਕਾਰਵਾਈ ਹੈ ਤੁਹਾਨੂੰ ਦੱਸਾਂ। ਇੰਦਰਜੀਤ ਕਿਸੇ MLA ਦਾ ਰਿਸ਼ਤੇਦਾਰ ਹੈ ਜੀ? ਇਹਦੇ ਬਾਰੇ ਅਸੀਂ ਅਜੇ ਨਹੀਂ ਕੁਛ ਕਹਿ ਸਕਦੇ, ਇਹ ਸਾਰਾ ਪਤਾ ਲੱਗੇਗਾ। ਸਿਰਫ ਇਹਨਾਂ ਨੇ ਇੰਦਰਜੀਤ ਦੱਸਿਆ, ਉਹਦਾ ਸਨ ਆਫ ਦੂਜਾ ਤੀਜਾ ਸਾਰਾ ਪਤਾ ਕਰਕੇ ਜੋ ਵੀ ਹੋਏਗਾ ਇੰਦਰਜੀਤ। ਵਜ੍ਹਾ ਰਣਜੀਤ ਸਰ ਹੈਗੀ ਹੈ ਜੀ? ਵਜ੍ਹਾ ਰਣਜੀਤ ਸਰ, ਇਹਨਾਂ ਦੀ ਕੋਈ ਗੱਡੀ ਇੱਥੇ ਲਾਗੇ ਸਰਵਿਸ ਸਟੇਸ਼ਨ ਹੈ, ਅਤੇ ਇੱਕ ਉਹਨਾਂ ਦਾ ਆਫਿਸ ਹੈ, ਕਿਤੇ ਗੱਡੀ ਜਦੋਂ ਧੋਂਦੇ ਆ ਕਿਤਾ ਜੀ ਆਫਿਸ, ਉੱਥੇ ਕੋਈ ਆਫਿਸ ਦਾ ਇਹਦਾ ਇੰਦਰਜੀਤ ਦਾ ਜੀ ਜੋ ਇਹਨਾਂ ਨੇ ਦੱਸਿਆ, ਉਹਦੇ ਤੋਂ ਇਹਨਾਂ ਦੀ ਕੋਈ ਹੋਈ ਹੈ ਜੀ? ਫਿਲਹਾਲ ਉਹਦੀ ਸਾਜਨ ਦੀ ਹਾਲਤ ਕਿਸਮ ਦੀ ਹੈ? ਠੀਕ ਹੈ ਜੀ, ਅਜੇ ਠੀਕ ਹੈ ਜੀ, ਆਲਟਮ ਡੇਂਜਰ ਹੈ, ਬਟ ਕਰ ਰਹੇ ਟ੍ਰੀਟਮੈਂਟ ਚੱਲ ਰਿਹਾ ਉਹਦਾ। ਅਤੇ ਪਰਚਾ ਰਜਿਸਟਰ ਕਰ ਰਹੇ? ਆਪਾਂ ਸਟੇਟਮੈਂਟ ਲੈ ਰਹੇ ਹਾਂ ਜੀ, ਹੁਣ ਸਟੇਟਮੈਂਟ ਲੈ ਰਹੇ, ਸਟੇਟਮੈਂਟ ਲੈ ਕੇ ਉਹਨੇ ਸਰ ਕਿੰਨੇ ਗਨ ਸ਼ਾਟ ਫਾਇਰ ਹੋਏ ਸੀ ਜੀ? ਇਹਦੇ ਬਾਰੇ ਹਜੇ ਨਹੀਂ, ਸਟੇਟਮੈਂਟ ਲੈਣ ਤੋਂ ਬਾਅਦ ਹੀ ਦੱਸ ਸਕਦੇ ਹਾਂ। ਸਟੇਟਮੈਂਟ ਲੈ ਕੇ ਨਾ ਜੀ, ਸਟੇਟਮੈਂਟ ਲੈ ਕੇ ਉਹਨੂੰ ਫਿਰ ਮੈਡੀਕਲ ਲੀਗਲੀ ਕੋਰੈਬਰੇਟ ਕਰਕੇ ਫਿਰ ਹੀ ਦੱਸ ਸਕਦੇ। ਗੋਲੀ ਕਿੱਥੇ ਲੱਗੀ ਸਾਜਨ ਦੇ? ਪਰਿਵਾਰ ਲੱਤੇ ਲੱਗੀ ਹੈ ਜੀ, ਪਰਿਵਾਰਿਕ ਪਰ ਨਲਾਂ ਦੇ ਵਿੱਚ ਨਾ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਵਿਧਾਇਕ ਤੇ ਸਾਲੇ ਵੱਲੋਂ ਜਿਹੜਾ ਸਾਰਾ ਕੁਝ ਇਹ ਘਟਨਾ ਨੂੰ ਜੋ ਇੰਦਰਜੀਤ ਇਹਨਾਂ ਨੇ ਦੱਸਿਆ, ਜਿਹੜਾ ਵੀ ਇਹ ਕਲਪਰੇਟ ਆ ਉੱਤੇ ਐਕਸ਼ਨ ਹੋਏਗਾ, ਉੱਤੇ ਕੇਸ ਰਜਿਸਟਰ ਹੋਣ ਲੱਗਿਆ। ਹੁਣ ਕਹਿੰਦੇ ਕਿ ਪ੍ਰੈਸ਼ਰ ਨਾ ਹੋਵੇ ਕਿਤੇ ਸਰਕਾਰ ਦਾ? ਬਿਲਕੁਲ ਜੀ, ਕੋਈ ਪ੍ਰੈਸ਼ਰ ਨਹੀਂ ਜੀ ਇਹਦੇ 'ਚ, ਇਹੋ ਜੀ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਗੁੰਡਾਗਰਦੀ ਆ ਕੋਈ ਵੀ ਬਰਦਾਸ਼ਤ। ਕੈਮਰੇ ਵੀ ਲੱਗੇ? ਹਾਂ, ਉਹ ਸਾਰਾ ਅਸੀਂ ਉੱਥੇ ਟੀਮਸ ਲੱਗੀਆਂ ਨੇ, ਉਹ CCTV ਦੀ ਫੁਟੇਜ ਵਗੈਰਾ ਲੈ ਰਹੀਆਂ ਨੇ,
ਜਿਹੜੇ ਵੀ ਹੋਣਗੇ ਉਹ ਸਾਰੇ ਬੁੱਕ ਕੀਤੇ ਜਾਣਗੇ। ਹਜੇ ਇੱਕ ਸਰ ਕੋਈ ਮਾਮਲਾ ਦਰਜ ਕੀਤਾ ਗਿਆ? ਮਾਮਲਾ ਸਟੇਟਮੈਂਟ ਲਿਖ ਰਹੇ ਹਾਂ ਜੀ, ਉਹਦੇ ਫਾਦਰ ਦੀ ਸਟੇਟਮੈਂਟ ਲਿਖ ਰਹੇ ਹਾਂ ਜੀ, ਉਹ ਚੱਲ ਰਹੀ ਹੈ। ਬਸ ਸਟੇਟਮੈਂਟ ਜਸਟ ਹੁਣੇ ਹੀ ਲੱਗਿਆ ਪਤਾ, ਅਸੀਂ ਆ ਗਏ ਹੁਣੇ। ਸਟੇਟਮੈਂਟ ਲੈ ਕੇ ਜੋ ਕਾਰਵਾਈ ਹੋਈ ਗ੍ਰਿਫਤਾਰੀ ਹੋਈ ਸਰ ਇਸ ਮਾਮਲੇ ਵਿੱਚ? ਇਹ ਤਾਂ ਤੁਹਾਨੂੰ ਮੈਂ ਦੱਸ ਰਿਹਾ ਜੀ, ਹਜੇ ਤਾਂ ਸਾਨੂੰ ਪਤਾ ਹੀ, ਤੁਹਾਨੂੰ ਮੈਂ ਬਾਰੇ ਹੋਏ ਦੱਸ ਰਿਹਾ ਵੀ ਜਸਟ ਪਤਾ ਹੀ ਲੱਗਾ ਵੀ ਜਿੰਨਾ ਕੁ ਟਾਈਮ ਤੁਹਾਨੂੰ ਹੋਇਆ ਵਾ ਇੰਨਾ ਕੁ ਟਾਈਮ ਹੀ ਮੈਨੂੰ ਹੋਇਆ। ਸਟੇਟਮੈਂਟ ਲੈ ਕੇ ਇੰਦਰਜੀਤ ਬਾਰੇ ਪਤਾ ਲੱਗਾ, ਜਸਟ ਸਿਰਫ ਇਹਨਾਂ ਨੇ ਇੰਦਰਜੀਤ ਦਾ ਨਾਂ ਦੱਸਿਆ, ਉਹਦੇ ਵੇਅਰ ਅਬਾਊਟਸ ਫਾਦਰ ਦਾ ਨਾਂ ਜਾਂ ਦੂਜਾ ਉਹ ਨਹੀਂ ਪਤਾ, ਉਹ ਵੀ ਅਸੀਂ ਸਾਰਾ ਕਰਕੇ ਪਤਾ ਆਪਣੇ ਤੌਰ 'ਤੇ ਅਸੀਂ ਲੱਗੇ ਸਾਰਾ ਅਸੀਂ ਕਰਦੇ। ਇੰਦਰਜੀਤ ਕੱਲਾ ਸੀ, ਹੋਰ ਵੀ ਕਹਿੰਦੇ ਨਾਲ ਸਾਥੀ ਵੀ ਸੀ? ਹਾਂ, ਕਹਿੰਦੇ ਦੋ ਚਾਰ ਬੰਦੇ ਉਹਦੇ ਨਾਲ ਹੋਰ ਸੀਗੇ। ਹਾਂਜੀ, ਉਹ ਵੀ ਸਾਰਾ ਪਤਾ ਕਰਾਂਗੇ ਜੀ, ਸੀਸੀਟੀਵੀ ਫੁਟੇਜ ਅਸੀਂ ਦੇਖ ਕੇ ਉਹ ਵੀ ਆਈਡੈਂਟੀਫਾਈ ਕਰਕੇ ਪੁਲਿਸ ਵਾਲਾ ਇਨਸਾਫ ਪੂਰਾ ਮਿਲੇਗਾ ਜੀ। ਬਿਲਕੁਲ ਜੀ, ਬਿਲਕੁਲ ਬਿਲਕੁਲ। ਠੀਕ, ਥੈਂਕ ਯੂ ਸਰ।